ਜਿਹੜਾ ਸ਼ਾਇਦ ਬਾਹਰ ਤੋਂ ਆਉਂਦਾ ਹੈ ਜੀ ਉਹ ਆ ਨੈਕਟਰ ਜੀ, ਕੱਚਾ ਨੈਕਟਰ ਅਨਸੀਲਡ। ਉਸ ਤੋਂ ਬਾਅਦ ਮੱਖੀ ਨੂੰ ਸੀਲ ਕਰ ਲੈਂਦੀ ਹੈ ਇਸ ਤਰ੍ਹਾਂ। ਅਤੇ ਜਦੋਂ ਮੱਖੀ ਆਂਡਾ ਦਿੰਦੀ ਹੈ, ਆਂਡਾ ਤਾਂ ਹੁਣ ਛੋਟਾ ਤੁਹਾਡਾ ਕਵਰੇਜ ਵਿੱਚ ਨਹੀਂ ਆਊਗਾ। ਸੈਕਿੰਡ ਸਟੇਜ ਲਾਰਵਾ, ਇਹ ਸੁੰਡੀ ਵਰਗਾ ਬਣ ਜਾਂਦਾ ਜੀ। ਉਸ ਤੋਂ ਬਾਅਦ ਮੱਖੀ ਨੂੰ ਸੀਲ ਕਰ ਲੈਂਦੀ ਹੈ। ਸੀਲ ਕਰਨ ਤੋਂ ਬਾਅਦ ਜੇ ਤਾਂ ਵਰਕਰ ਹੈ ਤਾਂ 21ਵੇਂ ਦਿਨ ਬਾਹਰ ਆਜੂਗਾ। ਇਹ ਹੈਗਾ ਡਰੋਨ, ਇਹ ਬੜਾ ਬੜਾ ਜਿਹੜਾ ਡਰੋਨ ਦਾ ਹੈਗਾ, ਇਹਦੇ 'ਚੋਂ ਜਿਹੜਾ ਡਰੋਨ ਮੱਖ ਬਣੂਗਾ ਅਤੇ ਉਹ 14ਵੇਂ ਦਿਨ ਬਾਹਰ ਆਊਗਾ ਜੀ। ਜਿਹੜੀ ਰਾਣੀ ਮੱਖੀ ਹੈ, ਰਾਣੀ ਮੱਖੀ ਇਹ ਪੁਰਾਣਾ ਸੈੱਲ ਹੈ ਜੀ, ਤੁਹਾਨੂੰ ਮੈਂ ਸੈਂਪਲ ਦਿਖਾ ਦਿੰਦਾ। ਇਸ ਤਰ੍ਹਾਂ ਬੜਾ ਹੋਰ ਵੀ ਜਦੋਂ ਫਰੈਸ਼ ਹੁੰਦਾ ਵੱਡਾ ਹੁੰਦਾ ਜੀ, ਇੱਥੇ ਤੱਕ ਆ ਜਾਂਦਾ, ਇੰਨਾ ਲੰਬਾ ਹੋ ਜਾਂਦਾ। ਇਹਦੇ 'ਚ ਜਿਹੜਾ ਐੱਗ ਹੋਊਗਾ ਉਹਦਾ ਬਣੂਗੀ ਰਾਣੀ ਮੱਖੀ, ਉਹ 16ਵੇਂ ਦਿਨ ਬਣ ਕੇ ਬਾਹਰ ਆ ਜਾਂਦੀ ਹੈ ਜੀ। ਅਤੇ ਇਹ ਪੁਰਾਣੇ ਬਣੇ ਹੋਏ ਸੈੱਲ ਸੀ। ਅਤੇ ਇਸ ਤੋਂ ਬਿਨਾਂ ਅਤੇ ਜਿਵੇਂ ਤੁਸੀਂ ਦੱਸਿਆ ਵੀ ਇਹ ਆਂਡੇ 'ਚੋਂ ਮੱਖ ਬਣਨਾ, ਇਹ ਆਂਡੇ ਦੇ ਵਿੱਚ ਵਰਕਰ ਮੱਖੀ ਬਣਨੀ ਆ ਅਤੇ ਦੂਜੇ ਆਂਡੇ ਦੇ ਵਿੱਚ ਜਿਹੜੀ ਰਾਣੀ ਮੱਖੀ ਬਣਨੀ ਆ, ਕੀ ਇਹ ਆਪਣੇ ਆਪ ਕੁਦਰਤੀ ਇੱਦਾਂ ਹੀ ਬਣਦੀ ਹੈ ਜਿਵੇਂ ਮੁੰਡਾ ਕੁੜੀ ਜੰਮਦੇ ਨੇ, ਕਿ ਇਹਦੇ ਲਈ ਕੋਈ ਸਪੈਸ਼ਲ ਆਂਡੇ ਤੋਂ ਕੋਈ ਪ੍ਰਕਿਰਿਆ ਆ? ਆਂਡਾ ਇੱਕੋ ਸੇਮ ਹੀ ਆਂਡਾ, ਅਤੇ ਮੰਨ ਲਓ 3 ਆਂਡੇ ਦਿੱਤੇ ਮੱਖੀ ਨੇ, ਇੱਕ ਆਂਡੇ ਨੂੰ ਮੱਖੀਆਂ ਦਾ ਪੰਚਾਇਤੀ ਫੈਸਲਾ ਵੀ ਅਸੀਂ ਇਹ ਤੋਂ ਵਰਕਰ ਬਣਾਉਣਾ, ਠੀਕ ਹੈ, ਅਤੇ ਉਹਨੂੰ ਸ਼ਾਇਦ ਪੋਲਣ ਅਤੇ ਆਪਣਾ ਦੋਨੋਂ ਚੀਜ਼ਾਂ ਪਾ ਕੇ ਰੈਲ ਜੈਲੀ ਪਾ ਕੇ ਬੰਦ ਕਰ ਦਿੰਦੇ ਹਾਂ, ਸੀਲ ਕਰ ਦਿੰਦੇ ਹਾਂ। ਉਸ ਜਿਹੜਾ ਬੱਚਾ ਨਿਕਲੂਗਾ ਉਹ ਵਰਕਰ ਨਿਕਲੂਗਾ, ਉਹਨੂੰ 2 ਦਿਨ ਰੈਲ ਜੈਲੀ, 2 ਦਿਨ ਪਰਾਗਣ ਦਿੱਤਾ। ਅਤੇ ਸੈਕਿੰਡ ਆਂਡੇ ਬਾਰੇ ਉਹਨਾਂ ਦਾ ਪੰਚਾਇਤੀ ਫੈਸਲਾ ਹੋ ਗਿਆ ਵੀ ਅਸੀਂ ਮੱਖ ਬਣਾਉਣਾ, ਉਹਨੂੰ 4 ਦਿਨ ਪੋਲਣ ਅਤੇ ਸ਼ਹਿਦ ਅਤੇ ਰੈਲ ਜੈਲੀ ਪਾ ਕੇ ਬੰਦ ਕਰ ਦਿੱਤਾ, ਉਹਦੇ 'ਚੋਂ ਮੱਖ ਨਿਕਲੂਗਾ ਜਿਹਦੀ ਉਮਰ 4 ਮਹੀਨੇ। ਅਤੇ ਜਿਹੜਾ ਥਰਡ ਆਂਡਾ, ਉਹਦੇ ਬਾਰੇ ਪੰਚਾਇਤੀ ਫੈਸਲਾ ਹੋ ਗਿਆ ਵੀ ਪਹਿਲੀ ਮਾਂ ਮੱਖੀ ਸੀ ਜਿਹੜੀ ਮਰ ਗਈ ਅਤੇ ਦੂਜੀ ਨਵੀਂ ਬਣਾਉਣੀ ਹੈ ਇਹਨਾਂ ਨੇ, ਠੀਕ। ਅਤੇ ਇਹ ਕਿੰਨੇ ਚਿਰ ਦਾ ਹੁੰਦਾ ਪੂਰਾ ਪ੍ਰੋਸੈਸ ਇਹਨਾਂ ਦਾ, ਕਿੰਨੇ ਚਿਰ ਦੇ ਵਿੱਚ ਆਂਡਾ ਬਾਹਰ ਆ ਜਾਂਦਾ? ਅਲੱਗ ਅਲੱਗ ਰਾਣੀ ਮੱਖੀ ਦੀ ਜੇ ਗੱਲ ਕਰੀਏ ਆਪਾਂ, ਅਲੱਗ ਅਲੱਗ ਹੈ ਜੀ। ਜਿਹੜਾ ਆਂਡਾ ਜਿਹੜਾ ਵਰਕਰ ਮੱਖੀ ਹੈ 21ਵੇਂ ਦਿਨ ਬਾਹਰ ਆਉਂਦੀ ਹੈ, ਮੱਖ 14ਵੇਂ ਦਿਨ ਆਉਂਦਾ, ਰਾਣੀ ਮੱਖੀ ਜਿਹੜੀ ਬਣ ਕੇ 16ਵੇਂ ਦਿਨ ਬਾਹਰ ਆ ਜਾਂਦੀ ਹੈ ਜੀ। ਅਤੇ ਰਾਣੀ ਮੱਖੀ ਨੂੰ 6.5 ਦਿਨ ਰੈਲ ਜੈਲੀ ਔਰ ਪੋਲਣ ਦਿੱਤਾ ਜਾਂਦਾ, ਇਸ ਕਰਕੇ ਉਹਦੀ ਉਮਰ ਜਿਹੜੀ 4 ਸਾਲ ਹੈ ਜੀ। ਪੋਲਣ ਔਰ ਰੈਲ ਜੈਲੀ ਦੀ ਕਿੰਨੀ ਪਾਵਰ ਹੈ, ਉਹ ਖੁਰਾਕੀ ਤੱਤ ਕਿੰਨੇ ਆ, ਜੇਕਰ ਤੁਸੀਂ ਆਪ ਕਰ ਮੱਖੀ ਦੀ ਉਮਰ 45 ਦਿਨ ਤੁਸੀਂ ਕਹਿੰਦੇ ਹੋ ਤਾਂ ਰੋਇਲ ਜੈਲੀ ਖਾਣ ਵਾਲੀ ਮੱਖੀ ਜਿਹੜੀ ਰਾਣੀ ਬਣਦੀ ਆ ਉਹਦੀ ਉਮਰ 4 ਸਾਲ ਆ, ਵੱਧ ਟਾਈਮ ਖਾਣ ਨਾਲ, ਵੱਧ ਟਾਈਮ ਖਾਣ ਨਾਲ। ਗੱਲ ਤਾਂ ਵੀ ਰੋਇਲ ਜੈਲੀ ਨਾਲ ਉਹਦੀ ਉਮਰ ਕਿੰਨੇ ਸਾਲਾਂ ਹੀ ਵੱਧ ਜਾਂਦੀ ਹੈ, 45 ਦਿਨ ਤੋਂ 4 ਸਾਲ ਤੱਕ ਦਾ ਇੰਨਾ ਫਰਕ। ਜੇਕਰ ਇਨਸਾਨ ਇਹ ਚੀਜ਼ ਨੂੰ ਕੰਜ਼ਿਊਮ ਕਰਦਾ ਖਾਂਦਾ ਤਾਂ ਉਹਦੀ ਸਿਹਤ 'ਤੇ ਕਿੰਨਾ ਅਸਰ ਪਊਗਾ, ਕਿੰਨਾ ਫਰਕ ਪਊਗਾ? ਜਲਦੀ ਬੁਢਾਪਾ ਆਉਂਦੇ ਨੇ ਅਤੇ ਜਿਹੜੇ ਰੈਲ ਜੈਲੀ ਦੇ ਕੈਪਸੂਲ ਨੇ ਉਹ ਖਾਂਦੇ ਆ, ਅਸੀਂ ਤਾਂ ਡਾਇਰੈਕਟਲੀ ਰੈਲ ਜੈਲੀ ਖਾਣ ਦੀ ਸਿਫਾਰਿਸ਼ ਕਰਦੇ ਹਾਂ। ਅਤੇ ਇਹ ਸੀਲ ਸ਼ਹਿਦ ਹੈ ਜੀ, ਜਦੋਂ ਮੱਖੀ ਜਿਹੜਾ ਆਪਣਾ ਸੇਵਿੰਗ ਰੱਖਦੀ ਹੈ ਆਫ ਸੀਜ਼ਨ ਦੇ ਲਈ, ਇਹ ਸੇਵ ਕਰਕੇ ਰੱਖਿਆ ਹੋਇਆ ਜੀ ਮੱਖੀ ਨੇ, ਜਦੋਂ ਸੀਜ਼ਨ ਆਫ ਆਊਗਾ ਉਦੋਂ ਖਾਊਗੀ, ਅਤੇ ਵੀ ਇਹ ਸੀਲ ਹੈ ਜਿਹੜੀ ਉਹ ਤੋੜ ਲੈਂਦੀ ਹੈ ਥੱਲੇ ਪੂਰਾ ਜਿਹੜਾ ਉਹ ਸ਼ਹਿਦ ਹੀ ਸ਼ਹਿਦ ਹੈ। ਅਤੇ ਫਿਰ ਜੇਕਰ ਗੱਲ ਕਰੀਏ, ਤੁਸੀਂ ਦੱਸਿਆ ਵੀ ਆਫ ਸੀਜ਼ਨ ਦੇ ਲਈ ਇਹਨੇ ਸਾਂਭ ਕੇ ਰੱਖ ਲੈਂਦੀ ਹੈ, ਤਾਂ ਜਦੋਂ ਫੁੱਲ ਨਹੀਂ ਹੁੰਦੇ ਤਾਂ ਫਿਰ ਇਹ ਮੱਖੀ ਨੂੰ ਜਿਉਂਦਾ ਰੱਖਣ ਦੇ ਲਈ ਤੁਸੀਂ ਕੀ ਕਰਦੇ ਹੋ, ਕੀ ਪਾਉਂਦੇ ਹੋ? ਜਿਹੜਾ ਆਕਸੀਜਨ ਦੇ ਵਿੱਚ ਸ਼ਹਿਦ ਪਿਆ ਅੰਦਰ ਮੱਖੀ ਉਹ ਖਾਂਦੀ ਹੈ, ਇਸ ਤੋਂ ਇਲਾਵਾ ਜਦੋਂ ਸਾਨੂੰ ਕੋਈ ਬਕਸਾ ਵੀਕ ਲੱਗਦਾ ਉਹਦੇ 'ਚ ਇਹ ਮਾਤਰਾ ਘੱਟ ਹੈ, ਤਾਂ ਅਸੀਂ ਇਹਨੂੰ ਫੀਡ ਦੇ ਤੌਰ 'ਤੇ ਚੀਨੀ ਪਾਉਂਦੇ ਜੀ, ਸੁੱਕੀ ਚੀਨੀ, ਠੀਕ ਹੈ, ਸੁੱਕੀ ਚੀਨੀ ਵਿੱਚ ਰੱਖ ਦਿੰਦੇ, ਫਿਰ ਲੋੜ ਅਨੁਸਾਰ ਇਹ ਆਪਣੀ ਖਾਂਦੀ ਰਹਿੰਦੀ। ਕਿੰਨੀ ਕੁ ਚੀਨੀ ਲੱਗ ਜਾਂਦੀ ਹੈ ਜੀ? 100 ਬਕਸਿਆਂ ਲਈ 10 ਬੋਰੀਆਂ ਗੱਲ ਆਕਸੀਜਨ ਲੰਘ ਜਾਂਦਾ, ਕਿਉਂਕਿ ਸਾਡੇ ਫੁੱਲ ਫਲਾਕਾ ਘੱਟ ਹੈ, ਰੈਗੂਲਰ ਫੁੱਲ ਫਲਾਕਾ ਹੈ ਨਹੀਂ, ਅਤੇ ਜਦੋਂ ਆਕਸੀਜਨ, ਹੁਣ ਬਾਹਰ ਬਰਸਾਤ ਪੈਂਦੀ ਹੈ, ਫੁੱਲ ਹੈ ਨਹੀਂ, ਘੱਟ ਹੈ, ਬਾਰਿਸ਼ਾਂ ਨਹੀਂ ਹੋ ਰਹੀਆਂ, ਤਾਂ ਫਿਰ ਉਹ ਆਰਟੀਫਿਸ਼ਲ ਖੁਰਾਕ ਜਿਹੜੀ ਉਹਨੂੰ ਜਿਉਂਦਾ ਰੱਖਣ ਲਈ ਦਿੱਤੀ ਜਾਊਗੀ, ਠੀਕ। ਅਤੇ ਇਹ ਗੱਲ ਪਹਿਲਾਂ ਸੋਚੀ ਜਾਊਗੀ ਕਿ ਜਿਹੜੇ ਸ਼ਹਿਦ ਦੀ ਚੁਆਈ ਹੋਣੀ ਹੈ, ਸਾਡੀ ਪਹਿਲੀ ਚੁਆਈ ਜਾਣੀ ਕਿ ਪੰਜਾਬ ਦੇ ਵਿੱਚ ਫਰਵਰੀ ਅਤੇ ਰਾਜਸਥਾਨ 'ਚ ਜਨਵਰੀ, ਸਰੋਂ ਦਾ ਸ਼ਹਿਦ ਪੂਰੇ ਦਾ ਪੂਰਾ ਐਕਸਪੋਰਟ ਹੋਣਾ, ਅਗਰ ਉੱਥੇ ਇੱਕ ਅੰਸ਼ ਵੀ ਚੀਨੀ ਦਾ ਪਾਇਆ ਗਿਆ ਤਾਂ ਸੈਂਪਲ ਫੇਲ ਹੋਜੂ, ਸਾਡਾ ਸੈਂਪਲ ਪਹਿਲਾਂ ਜਾਂਦਾ, ਪੇਮੈਂਟ ਬਾਅਦ 'ਚ, ਅਤੇ ਇਸ ਕਰਕੇ ਉਹ 2 ਮਹੀਨੇ ਪਹਿਲਾਂ ਬੰਦ ਕਰਨੀ ਪਊਗੀ, ਜਾਣੀ ਕਿ ਅਸੀਂ ਅਕਤੂਬਰ ਦੇ ਵਿੱਚ ਚੀਨੀ ਦੀ ਫੀਡ ਬੰਦ ਕਰ ਦਿੰਦੇ ਹਾਂ ਤਾਂ ਕਿ ਸ਼ਹਿਦ ਦੇ ਵਿੱਚ ਕੋਈ ਚੀਨੀ ਦਾ ਅੰਸ਼ ਨਾ ਜਾਵੇ, ਠੀਕ।